ਹੋ 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 ਆਇਥੇ ਦਾ ਬਾਲੇ ਸਵਾਦ ਏ ਐਨਾ ਚਿੱਟਾ ਕਿ ਲੱਗ ਰਿਹਾ ਵਾਂ ਮੈਂ ਕਾਲੀ ਲੱਗ ਰਹੀ ਹਾਂ ਤੇ ਚਿੱਟਾ ਲੱਗ ਰਿਹਾ ਵਾਂ ਸਾਨੂੰ ਦੇ ਐਨਾ ਚਿੱਟਾ ਕਿ ਲੱਗ ਰਿਹਾ ਮੁੰਡੇ ਇਨੇ ਚਿੱਟੇ ਨਹੀਂ ਚੰਗੇ ਲੱਗਦੇ ਹੈਗੇ ਚਿੱਟਾ ਕਿ ਲੱਗ ਰਿਆ ਨਾ ਚਿੱਟਾ ਨਹੀਂ ਮੈ ਲੱਗ ਰਿਹਾ ਯਾਰ ਉਹ ਲੈਟ ਬਣੀ ਯਾਰ ਬੜਾ ਯਾਰ ਨਾ ਕਾਲਾ ਰੱਖੇ ਤੇ ਮੈਂ ਤੇ ਇਨੇ ਖੁਸ਼ ਹੋਈ ਵੀ ਸ਼ੁਕਰ ਹੈ ਕਿ ਕਾਲਾ ਉਹ ਬੜਾ ਚਿੱਟਾ ਲੱਗਦਾ ਪਿਆ ਯਾਰ ਮੈਂ ਮੈਨੂੰ ਕਾਲੇ ਮੁੰਡੇ ਪਸੰਦ ਆਉਂਦੇ ਆ ਤੈਨੂੰ ਕਾਲੇ ਪਸੰਦ ਨੇ ਮੈਨੂੰ ਕਾਲੇ ਪਸੰਦ ਨੇ ਮੈਂ ਇਹ ਦੇਖਣ ਮੈਂ ਕਾਲਾ ਨਾਮ ਪੜਿਆ ਕਾਲਾ ਲਿਖਿਆ ਹੁਣ ਠੀਕ ਹੈ ਹੁਣ ਠੀਕ ਹੈ ਕੀ ਕਾਲਾ ਆ ਮੈਨੂੰ ਡਿਸਪਾਇੰਟ ਕਰਤਾ ਯਾਰ ਤੂੰ ਹੁਣ ਠੀਕ ਹੈ ਹੁਣ ਥੋੜਾ ਜਿਹਾ ਬੈਟਰ ਆ ਹਾਂ ਹਾਂ ਅੱਜ ਬੀਚ ਮદાન ਵਿੱਚ ਅੱਜ ਆਪ ਕੀ ਹਮ ਦੇਖੇਗੇ ਕੈਟਵੌਕ ਓਕੇ ਅਗਰ ਹਮ ਖੁਸ਼ਕਿਸਮਤ ਜਿਸੀ ਜੀਤਦੇ ਬੈਠੇ ਬਿਠੇ ਪਲੇ ਕਰਨਾ ਯਾਰ ਮੈਂ ਅੱਜ ਖੜੇ ਨਹੀਂ ਹੋਣਾ ਜਿਹੜੀਆਂ ਲੱਤਾਂ ਬੋ ਦੁਖ ਰਹੀਆਂ ਮਾਂ ਅੱਜ ਮੈਂ ਲੈਗ ਲੈਗ ਵਰਕਆਊਟ ਕਰਕੇ ਆਈ ਆ ਹੋਰ ਨਹੀਂ ਕੁਝ ਸਮਝਣਾ ਹੈਗਾ ਮੈਂ ਲੈਗ ਵਰਕਆਊਟ ਕੀਤਾ ਵਾ ਲੈਗ ਅੱਜ ਮੇਰਾ ਲੈਗ ਡੇ ਸੀਗਾ ਲੈਗ ਡੇ ਦਾ ਕੀ ਮਤਲਬ ਹੁੰਦਾ ਹੈ ਲੈਗ ਡੇ ਮਤਲਬ ਜਿੱਦਾਂ ਸਾਰਾ ਜ਼ਿਆਦਾ ਵਰਕਆਊਟ ਲੈਗਜ਼ ਵਾਸਤੇ ਕਰੀਦਾ ਹੈ ਐ ਐਕਸਰਸਾਈਜ਼ ਕਰਦੀ ਰਹੀ ਆਈ ਤੂੰ ਹਾਂ ਮੈਂ 2 ਘੰਟੇ ਐਕਸਰਸਾਈਜ਼ ਕੀਤੀ ਅੱਜ ਤੂੰ ਹੁੰਦੀ ਕਿੱਥੇ ਪਹਿਲੇ ਤੇ ਦੱਸ ਮੈਨੂੰ ਮੈਂ ਟੋਰਾਂਟੋ ਤੇ ਅੱਜਕੱਲ ਗਾਣਾ ਨਹੀਂ ਆਇਆ ਹੈਗਾ ਤੇ ਟ੍ਰਾਂਟੋ ਤੁਹਾਡਾ ਕੀ ਹੈ ਤੁਸੀਂ ਜੋ ਪੰਜਾਬ ਦੀ ਐਡੀਅੰਸ ਸੁਣੀਆਂ ਕੁੜੀਆਂ ਐਡੇ ਉੱਚੇ ਲੰਮੇ ਤੁਹਾਡੇ ਕਦ ਤੋ ਤੁਸੀਂ ਪਰਦੇਸਾਂ ਨੂੰ ਮੂੰਹ ਕਰ ਗਈਆਂ ਨੇ ਕੀ ਤੁਹਾਨੂੰ ਪਰਦੇਸਾਂ ਨੇ ਦਿੱਤਾ ਸਾਰੀ ਜ਼ਿੰਦਗੀ ਪਰਦੇਸ ਵਿੱਚ ਰਹਿ ਰਹਿ ਕੇ ਉਧਰ ਦੇ ਪਾਣੀ ਪੀ ਪੀ ਕੇ ਤੁਹਾਡੇ ਹੱਡ ਵੀ ਜਿਹੜੇ ਨੇ ਉਹ ਵੀ ਬੁੱਢੇ ਹੋ ਗਏ ਨੇ ਨਹੀਂ ਨਹੀਂ ਅਸੀਂ ਕਦੀ ਨਹੀਂ ਬੁੱਢੇ ਹੋ ਸਕਦੇ ਤੇਰੇ ਵਾਲ ਬਹੁਤ ਲੰਮੇ ਆ ਵਾਲ ਅੱਗੇ ਕਰੀ ਨਾ ਥੋੜੇ ਜਿਹਾ ਆ ਤਾਂ ਥੋੜੇ ਜਿਹਾ ਹੋਰ ਖੱਬੀ ਸਾਈਡ ਨੂੰ ਕਰ ਲੈ ਤੇਰੀਓ ਕੀ ਅੰਟੀਰੀਅਰ ਯਾਂ 18+ 18+ ਨਹੀਂ ਹੈਗੀ 18 ਤੋਂ ਘੱਟ ਹਾਂ ਸਾਰੇ ਮੁੰਡੇ ਮੇਰੇ ਕੋਲ ਬੈਠਣੇ ਸਾਰੇ 18 ਤੋਂ ਥੱਲੇ ਨੇ ਮੈਨੂੰ 18 ਤੋਂ ਥੱਲੇ ਨਹੀਂ ਚੰਗੇ ਲੱਗਦੇ 18+ ਹੋਣੇ ਚਾਹੀਦੇ ਮੁੰਡੇ ਤੇ ਮੈਂ ਆਪ 25 ਸਾਲਾਂ ਦਾ ਹਾਂ ਤੇ ਤੂੰ 18+ ਆ ਅੱਛਾ ਹਾਂ 18+ ਆ ਪੰਜਾਬ ਤੋਂ ਮੈਂ ਨਹੀਂ ਪੰਜਾਬ ਤੋਂ ਨਹੀਂ ਮੈਂ ਇੰਡੀਆ ਤੋਂ ਹਾਂ ਇੰਡੀਆ ਕਿਹੜੀ ਜਗ੍ਹਾ ਤੋਂ ਇੰਡੀਆ ਮੈਂ ਹਿਮਾਚਲ ਪ੍ਰਦੇਸ਼ ਤੋਂ। ਆਏ ਹਾਏ 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 ਹਮਾਚਲ। ਕ્યા ਹੈ ਹਮਾਚਲ ਪ੍ਰਦੇਸ਼? ਹਾਂ ਚੰਗੀ ਤਰ੍ਹਾਂ ਜਾਣਦਾ ਟਰੈਕਟਰ ਚਲਾਈ ਰੱਖੇ ਨੇ ਸਾਡੇ ਰੋਲੇ ਪੈ ਰਹੇ ਨੇ ਉੱਥੇ। ਅਸੀਂ ਗਏ ਰਹੇ ਹਾਂ। ਵੱਟ ਦਾ ਰੋਲਾ ਸੀਗਾ? ਵੱਟ ਦਾ ਰੋਲਾ ਨਹੀਂ ਜਿੱਦੋਂ ਸਾਡਾ ਰੋਲਾ ਪਿਆ ਸੀਗਾ ਪੰਜਾਬੀਆਂ ਦਾ ਜ਼ਮੀਨ ਦਾ ਮਸਲਾ ਨਹੀਂ ਸੀ ਬਣਿਆ। ਤੂੰ ਪੰਜਾਬ ਤੋਂ ਐ? ਹੋਰ ਮੈਂ ਕਿੱਥੋਂ ਹਾਂ? ਮੈਨੂੰ ਲੱਗਦਾ ਪਾਕਿਸਤਾਨ ਤੋਂ ਐ। ਯਾਨੀ ਚੱਲੀ ਹੋ ਗਈਆਂ ਤੈਨੂੰ ਪਤਾ ਹੀ ਨਹੀਂ ਪਤਿੰਦ ਨਹੀਂ ਨਹੀਂ ਐਵੇਂ ਚੱਲੀ ਹੋ ਗਈ ਐ ਇਦਾਂ ਪਾਕਿਸਤਾਨ ਦੇ ਕਹਿੰਦੇ ਆ ਨਹੀਂ ਇਦਾਂ ਉਹ ਮੈਂ ਦੇਖ ਮੇਰੀ ਗੱਲ ਸੁਣ ਮੈਂ ਪਾਕਿਸਤਾਨੀਆਂ ਨਾਲ ਖੇਡ ਖੇਡ ਕੇ ਤੇ ਪਾਕਿਸਤਾਨੀਆਂ ਨਾਲ ਰਹਿ ਰਹਿ ਕੇ ਨਾ ਫਿਰ ਮੇਰੀ ਵੀ ਉਦਾਂ ਦੀ ਜੀ ਬੋਲੀ ਹੋ ਗਈ ਨਾ ਨਹੀਂ 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 ਉਹ ਪੰਜਾਬੀਆਂ ਦੇ ਮੂੰਹ ਚੋਂ ਇਦਾਂ ਨਿਕਲਦਾ ਹੀ ਨਹੀਂ ਹੈਗਾ ਚੱਲੀ ਹੋ ਗਈਆਂ ਉਹ ਇਦਾਂ ਕਹਿੰਦੇ ਨੇ ਕੰਮੀ ਉਹਦਾਂ ਉਹਨਾਂ ਲੋਕਾਂ ਨਾਲ ਰਹਿ ਰਹਿ ਕੇ ਫਿਰ ਉਦਾਂ ਦੇ ਹੋ ਗਏ ਆ ਨਾ ਨਹੀਂ 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 ਅਜੀਬ ਤੂ ਖੋਲਦਾ ਫੇਰ ਨਾ ਇਦਾਂ 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 ਇਹ ਤਾਂ ਪਾਕਿਸਤਾਨੀ ਬਣ ਤਕ। ਤੈਨੂੰ ਪਾਕਿਸਤਾਨੀਆਂ ਬਾਰੇ ਬੜਾ ਪਤਾ ਆ ਭਾਈ। ਕਿਉਂਕਿ ਜ਼ਿਆਦਾਤਰ ਦੋਸਤੀ ਮੇਰੀ ਪਾਕਿਸਤਾਨੀਆਂ ਨਾਲ ਹੀ ਹੁੰਦੀ ਆ। ਤੁਹਾਡਾ ਤੁਸੀਂ ਇਹ ਗੱਲ ਦੱਸੋ ਮੈਨੂੰ ਤੁਸੀਂ ਸਿੰਗਲ ਹੋ? ਇਹ ਰਾਜ਼ ਕੋ ਰਾਜ਼ ਰਹਿਣੇ ਦੋ ਨਾ। ਨਹੀਂ ਨਹੀਂ ਤੂੰ ਦੱਸ ਦੇ। ਇੱਥੇ ਕੋਈ ਮਸਲਾ ਨਹੀਂ ਆ ਜਦੋਂ ਅਸੀਂ ਕੈਮਰੇ ਦੇ ਅੱਗੇ ਬਹਿ ਗਏ ਆ ਨੋ ਪ੍ਰੋਬਲਮ ਇੱਥੇ ਸਾਨੂੰ ਲੋਕ ਦੇਖ ਰਹੇ ਆ। ਬਟ ਆਈ ਡੋਨਟ ਵਾਂਟ ਟੂ ਸ਼ੇਅਰ ਥਿਸ ਇਨਫੋਰਮੇਸ਼ਨ। ओके तो चर्च शेयर मारे फिर मैं अनु दवाए वली इंफॉर्मेशन सारी दुनिया थोड़ी दऊंगी इंफॉर्मेशन ते फिर एक आदा राज हो गया भाई जदो तिनू शेर वजना तो सब कुछ ਦੱਸਣਾ ਫਿਰ ਇਹ ਕਾਦੀ ਇਹ ਕਾਦਾ ਪਰਸਨਲ ਇਹ ਪਰਸਨਲ ਲਾਈਫ ਹੋ ਗਈ ਬਿਸ਼ੇਰਾ ਦੇ ਸਭ ਓਪਨ ਨਹੀਂ 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 ਉਹਨੂੰ ਦੱਸਾਂਗੀ ਡੀਐਮ ਦੇ ਵਿੱਚ ਦੱਸਾਂਗੀ ਪ੍ਰਾਈਵੇਟ ਟਾਕ ਨਹੀਂ ਤੁਸੀਂ ਤੁਸੀਂ ਮੈਨੂੰ ਇੰਡੀਆ ਤੋਂ ਨਹੀਂ ਲੱਗਦੇ ਤੁਸੀਂ ਪੰਜਾਬ ਤੋਂ ਐਡਾ ਤਾਂ ਬੱਚਾ ਮੈਂ ਵੀ ਨਹੀਂ ਹੈ ਸੱਚ ਇਹ ਇੰਡੀਆ ਪੰਜਾਬ ਦੇ ਵਿੱਚ ਹੀ ਆ ਆ ਮੈਂ ਪੰਜਾਬ ਪੰਜਾਬ ਇੰਡੀਆ ਦੇ ਵਿੱਚ ਹੀ ਆ ਯਾਰ ਉਹ ਗੱਲ ਤੇਰੀ ਠੀਕ ਹੈ ਪੰਜਾਬ ਇੰਡੀਆ ਵਿੱਚ ਹੀ ਹੈ ਬਟ ਤੂੰ ਮੈਨੂੰ ਕੋਈ ਸ਼ਹਿਰ ਨਹੀਂ ਲੱਗਦੀ ਹਿਮਾਚਲ ਪ੍ਰਦੇਸ਼ ਹਿਮਾਚਲ ਦੇ ਸ਼ਹਿਰ ਦੋ ਰਿਹਾ ਹਿਮਾਚਲ ਪ੍ਰਦੇਸ਼ ਪ੍ਰੋਵਿੰਸਾ ਉਹਦੇ ਵਿੱਚ ਸ਼ਹਿਰ ਪਿੰਡ ਹਰ ਚੀਜ਼ ਆ ਉੱਥੇ ਪੰਜਾਬੀ ਵੀ ਰਹਿੰਦੇ ਆ ਸਰਦਾਰ ਵੀ ਰਹਿੰਦੇ ਹਿੰਦੂ ਵੀ ਰਹਿੰਦੇ ਆ ਇੱਕ ਤਾਂ ਯਾਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਹਜੇ ਤੱਕ ਅੱਛਾ ਤੂੰ ਇੱਕ ਮਿੰਟ ਇੱਕ ਮਿੰਟ ਤੂੰ ਮੈਨੂੰ ਇੱਕ ਗੱਲ ਦੱਸ ਵੀ ਤੂੰ ਸਰਦਾਰਾਂ ਦੀ ਕੁੜੀ ਐ ਹਾਂ ਪੰਜਾਬਣ ਐ ਤੂੰ ਹਾਂ ਤੇ ਪੰਜਾਬੀ ਹਰ ਜਗ੍ਹਾ ਤੇ ਰਹਿੰਦੇ ਨੇ ਇਹ ਨਹੀਂ ਹੈਗਾ ਕਿ ਸਿਰਫ ਪੰਜਾਬ 'ਚ ਹੀ ਰਹਿੰਦੇ ਨੇ ਬਟ ਬਟ ਐਕਚੁਅਲੀ ਜੀ ਮੈਂ ਪਾਕਿਸਤਾਨ ਤੋਂ ਹਾਂ ਪਤਾ ਮੇਰੇ ਬਜ਼ੁਰਗ ਅੱਛਾ ਤੂੰ ਮੈਨੂੰ ਇਹ ਗੱਲ ਦੱਸ ਵੀ ਮੈਂ ਦੇਖਣ ਜਿੱਤ ਨੂੰ ਕਿਦਾਂ ਲੱਗਣਾ ਹੈ ਤੂੰ ਬੋਕ ਚੁੱਟਾ ਐ ਕਾਲੇ ਮੈਨੂੰ ਕਾਲੇ ਪਸੰਦ ਨੇ ਤੂੰ ਚੁੱਟਾ ਜ਼ਿਆਦਾ ਮਾਰ ਗਿਆ تھا ਦੇਖ ਰੋ ਜ ਮੈਂ ਫਿਲਟਰ ਕੈਮਰਾ ਹਟਾ ਦੇਣਾ ਤੇਰੀ ਖਾਤਰ ਹੁਣ ਦੱਸ ਆ ਨਹੀਂ ਹੁਣ ਤੋਂ ਹੈਂਡਸੋਮ ਲੱਗ ਰਿਹਾ ਥੋੜਾ ਜਿਹਾ ਪੱਕੀ ਗੱਲ ਹੈ ਹਾਂ ਨਹੀਂ ਹੁਣ ਅੱਗੇ ਨਾਲੋਂ ਬਿਹਤਰ ਲੱਗ ਰਿਹਾ ਮੈਂ ਪਹਿਲਾਂ ਬਹੁਤ ਚੁੱਟਾ ਲੱਗ ਰਿਹਾ ਸੀ ਚੱਲ ਸਾਰੇ ਕੋਈ ਮਸਲਾ ਨਹੀਂ ਸੀ ਸਾਰੀ ਜ਼ਿੰਦਗੀ ਦੁਨੀਆ ਦੀ ਮੰਨੀ ਹੈ ਸਾਡੀ ਆਪਣੀ ਤਾਂ ਕੋਈ ਖੁਸ਼ੀ ਨਹੀਂ ਨਾ ਨੇ ਬਿੜਰਾ ਆਪਣੇ ਦੋਸਤਿਆਂ ਦੇ ਇੰਨਾ ਸੋਨਾ ਰਾੜ ਕੇ ਭੇਜਿਆ ਆ ਇੰਨਾ ਸੋਨਾ ਰਾੜ ਕੇ ਸੰਵਲਾ ਰੰਗ ਦਿੱਤਾ ਆ ਇੰਜੋਏ ਥੈਟ ਉਹਨੂੰ ਇੰਜੋਏ ਕਰ ਤੈਨੂੰ ਕਿ ਲੋੜ ਪਈ ਇਹ ਚਿੱਟੇ ਫਿਲਟਰ ਲਾਣ ਦੀ ਨਹੀਂ ਤੁਸੀਂ ਕੁੜੀਆਂ ਫਿਲਟਰ ਲਾਉਂਦੀਆਂ ਫਿਰ ਮੈਂ ਵੀ ਲਾ ਲੇ ਨਾ ਦੇਖੋ ਦੇਖੀ ਕੁੜੀਆਂ ਵਾਸਤੇ ਬਣੇ ਨੇ ਫਿਲਟਰ ਮੁੰਡਿਆਂ ਵਾਸਤੇ ਥੋੜੀ ਬਣੇ ਮੇਰੇ ਮੁੰਡੇ ਕਹਿੰਦੇ ਆ ਫਿਲਟਰ ਲਾ ਹੁਣ ਦੇਖ ਉਹਨਾਂ ਨੇ ਥੱਲੇ ਕੋਈ ਕਮੈਂਟ ਕੀਤਾ ਫਿਲਟਰ 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 ਕਾਲਿਆ ਫਿਲਟਰ ਪਕਾਲਿਆ ਫਿਲਟਰ ਫਿਰ ਨਾਮ ਕਾਲਾ ਫਿਰ ਕਿਨਾਂ ਦਾ ਚਿੱਟਾ ਨਾਮ ਰੱਖ ਲੈ ਕਾਲਾ ਤੇ ਤੂੰ ਮੈਨੂੰ ਦੇਖ ਲਿਆ ਨਾ ਮੈਂ ਤੇ ਸਿਰਫ ਫਿਲਟਰ ਹਟਾ ਕੇ ਤੈਨੂੰ ਦੱਸਿਆ ਆ ਕਿ ਮੈਂ ਕਾਲਾ ਮੇਰੇ ਤੋਂ ਨਫ਼ਰਤ ਨਾ ਕਰ ਨੋ ਪ੍ਰੋਬਲਮ ਨਫ਼ਰਤ ਮੈਂ ਕਿਸੇ ਨੂੰ ਵੀ ਨਹੀਂ ਕਰਦੀ ਚਿੱਟੇ ਨੂੰ ਆਪੇ ਤਾਂ ਕਹਿਆ ਮੈਨੂੰ ਕਾਲੇ ਮੁੰਡੇ ਜਿਹੜੇ ਆ ਮੈਨੂੰ ਜ਼ਿਆਦਾ ਲੱਗਦੇ ਆ ਮੈਨੂੰ ਅਟਰੈਕਟਿਵ ਲੱਗ ਰਾੜੇ ਹੋਏ ਮੁੰਡੇ ਮੈਨੂੰ ਜ਼ਿਆਦਾ ਅਟਰੈਕਟਿਵ ਲੱਗਦੇ ਆ ਜਿਹਨਾਂ ਰੰਗ ਥੋੜੇ ਜਿਹਾ ਸਾੰवला ਹੋਏ ਯੂ نو ਤੇ ਸਿੱਧੀ ਤਰ੍ਹਾਂ ਚਾਹਨਾ ਵੀ ਤਾਂ ਹੱਸਣਾ ਰਾੜੇ 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 ਮਤਲਬ ਥੋੜਾ ਜਿਹਾ ਸਾਵਲਾ ਰੰਗ ਹੋਏ ਫਿਰ ਚਿੱਟੇ-ਚਿੱਟੇ ਜਦੋਂ ਦੰਦਾਂ ਦੇ ਨਾਲ ਹੱਸਦੇ ਆ ਕਿਉਂਕਿ ਮੈਨੂੰ ਸਾਰਿਆਂ ਤੋਂ ਵਧੀਆ ਚੀਜ਼ ਮੁੰਡਿਆਂ ਦੀ ਸਮਾਈਲ ਲੱਗਦੀ ਆ ਜਿੰਨਾਂ ਦੀ ਵਧੀਆ ਹੋਏ ਸਮਾਈਲ ਤਾਂ ਹਨਾ ਦੰਦ ਵਧੀਆ ਹੋਣ ਸਮਾਈਲ ਵਧੀਆ ਹੋਵੇ ਹਨਾ ਤੇ ਫਿਰ ਜਦੋਂ ਰੰਗ ਸਾਵਲਾ ਹੋਊਗਾ ਫਿਰ ਚਿੱਟੇ-ਚਿੱਟੇ ਦੰਦ ਹੋਣਗੇ ਯਾਨੀ ਇਹਦਾ ਮਤਲਬ ਹੈ ਅਸੀਂ ਤੇਰੀਆਂ ਗੱਲਾਂ ਸੁਣ ਕੇ ਆਪਣੀ ਸਮਾਈਲ ਨੂੰ ਡੱਕੀ ਰੱਖੀਏ ਕੋਈ ਪਤਾ ਸੁਰ ਨਹੀਂ ਹੈ ਨਹੀਂ ਸਾਡਾ ਰੰਗ ਕਾਲਾ ਆ ਸਾਡੇ ਦੰਦ ਨਹੀਂ ਦੇਖਣ ਠੀਕ ਨੇ ਇਹ ਦਾਦਾ ਤੇ ਤੇਰੇ ਚਿੱਟੇ ਨੇ ਰੱਗ ਵੀ ਤੇਰਾ ਸਾਹਮਲਾ ਹੈ ਪਰਾਂ ਨਹੀਂ ਤੂੰ ਕਿਉਂ ਰੱਬ ਦੀ ਵਧੀਆ ਚੀਜ਼ਾਂ ਦਿੱਤੀਆਂ ਹੋਏ ਨੂੰ ਛਿਪਾ ਰਿਆ ਵਾ ਉਲਟਾ ਕਰ ਦਿੱਤਾ ਫੜ ਕੇ ਉਹਨੂੰ ਰੱਬ ਨੇ ਸੋਨਾ ਲੱਗ ਦਿੱਤਾ ਵਾ ਉਹਨੂੰ ਛਿੱਟਾ ਕਰੀ ਬੈਠਾ ਆਏ ਹਾਏ 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 ਨਹੀਂ ਜੱਟ ਜੀ ਇਹ ਨੰਦਾ ਆਜਾ ਵੇ ਜਮਨਾ ਨੇ ਗਾਇਸ एवरीवन ਸਾਰੇ ਜਣੇ ਮਿਲ ਕੇ ਨਾ ਅੱਜ ਆਪਾਂ ਕਾਲੇ ਨੂੰ ਛਿੱਟਾ ਕਰ ਦੇਣਾ ਫੜ ਕੇ ਨਹੀਂ ਨਹੀਂ ਛਿੱਟੇ ਨੂੰ ਕਾਲਾ ਕਰ ਦੇਣਾ ਇਹਨੂੰ ਫਿਰ ਦੁਬਾਰਾ ਤੋਂ ਕਹਿਣਾ ਕਿ ਆਪਣਾ ਹੋਲਾ ਆ ਫਿਲਟਰ ਉਤਾਰ ਦੇ ਤੇ ਫਿਲਟਰ ਗੱਲ ਸੁਣੋ ਜੀ ਮੈਨੂੰ ਇੱਕ ਮਿੰਟ ਇੱਕ ਇੱਕ ਗੱਲ ਹੈ ਦੇਖੋ ਗੱਲ ਸੁਣੋ ਤੁਹਾਡੀ ਹਾਈਟ ਕਿੰਨੀ ਹੈ 5 10 ਸਾਨੂੰ ਪੰਜਾਬੀ ਜੀ ਦੱਸ ਦੋ 5 10 ਦਾ ਸਾਨੂੰ ਖੇ ਤੇ ਸਵਾਹ ਪਤਾ ਜੇ 5 10 5 ਫੁੱਟ 10 ਇੰਚ ਹਾਂਜੀ ਤੁਹਾਡੀ ਕਿੰਨੀ ਹੈ ਬਸ 5 ਫੁੱਟ ਉਤਲੇ ਇੰਚ ਕੱਢ ਦਿਓ ਜੀ ਪੰਜ ਸੱਤ ਨਹੀਂ ਨਹੀਂ ਜੀ ਕੱਲੀ ਪੰਜ ਨਹੀਂ ਨਹੀਂ ਪੰਜ ਪੰਜ ਤਾਂ ਹੋਣੀ ਹੋਈਆਂ ਨਹੀਂ ਨਹੀਂ ਪੂਰਾ 5 ਫੁੱਟ ਮੇਰਾ ਕੱਦ ਉਤਲੇ 7 ਇੰਚ 14 17 ਜੋ ਵੀ ਨੇ ওকে ਠੀਕ ਹੈ ਇੰਨਾ ਬਲਸ਼ ਕਿ ਕਰ ਰਹੇ ਆ ਵਲਾਸ਼ ਕਰਦੇ ਆ ਤੂੰ ਪਸੰਦ ਆ ਗਈ ਕਾਲੇ ਨੂੰ ਤੇਨ ਕਿੰਨੀਆਂ ਕੁੜੀਆਂ ਪਸੰਦ ਆਉਂਦੀਆਂ ਕਾਲੇ ਨੂੰ ਕੋਈ ਵੀ ਨਹੀਂ ਇੱਕ ਵੀ ਨਹੀਂ ਫਸੇ ਨਹੀਂ ਮੈਨੂੰ ਫਸਾਣ ਨੂੰ ਫਿਰਦਾ ਤੂੰ ਫਸ ਜਾ ਕਿਹੜਾ ਮਸਲਾ ਹੈ بڑا ਮਸਲਾ ਹੈ ਨਾ ਤੂੰ ਕਿੰਨੀ ਦੂਰ ਆ ਮੈਂ ਕਿੰਨੀ ਦੂਰ ਆ ਦੋਨੋਂ ਨਹੀਂ ਫਸ ਸਕਦੀ ਮੇਨਾਂ ਮੈਨੂੰ ਦੂਰੀਆਂ ਮਨਜ਼ੂਰ ਨਹੀਂ ਹੈ ਗਿਆ ਕਾਲੇ ਮੈਥੋਂ ਦੂਰੀਆਂ ਚਰੀਆਂ ਨਹੀਂ ਜਾ ਰਹੀਆਂ ਇਹ ਹੀ ਚੱਕਰ ਆ ਦੇਖ ਮੇਰੀ ਗੱਲ ਸੁਣ ਦੂਰੀਆਂ ਜੋ ਵੀ ਹੋਣ ਜਿਵੇਂ ਵੀ ਆਂ ਦੇਖ ਬੰਦੇ ਦੇ ਦਿਲ ਚ ਪਿਆਰ ਹੋਣਾ ਚਾਹੀਦਾ ਹੈ ਦੂਰੀਆਂ ਭਾਵੇਂ ਜਿੰਨੀਆਂ ਵੀ ਹੋਣ ਇੱਕ ਪਿਆਰ ਨਹੀਂ ਨਹੀਂ ਕਾਲੇ ਮੈਨੂੰ ਰੂਹਾਂ ਦੇ ਪਿਆਰ ਦੇ ਨਾਲ ਜਿਸਮਾ ਦਾ ਵੀ ਪਿਆਰ ਚਾਹੀਦਾ ਹੈ साले तो तू बहुत दूर है ना प्रॉब्लम काले तू बड़ा बोरिंग भी है यार ओके बाय नहीं नहीं हेलो तो दो घंटे का जवाब नहीं ਬੋਰਿੰਗ ਨਹੀਂ ਯਾਰ ਇੱਕ ਮੁੰਡਾ ਥੱਲੇ ਕਮੈਂਟ ਕਰ ਰਿਹਾ ਮੈਂ ਉਹ ਦੇਖ ਰਿਹਾ ਮੈਂ ਤੂੰ ਦੂਰ ਹੈ ਯਾਰ ਤੂੰ ਵਧੀਆ ਹੈ ਮੇਰੇ ਤੋਂ ਦੂਰ ਆ ਸੱਚੀ ਚ ਤੂੰ ਨੇੜੇ ਹੁੰਦਾ ਮੈਨੂੰ ਬੋਰ ਕਰਕੇ ਤੂੰ ਮੇਰੀ ਜ਼ਿੰਦਗੀ ਖਰਾਬ ਕਰ ਦਿੰਦਾ ਨਹੀਂ ਨਹੀਂ ਮੇਰੀ ਗੱਲ ਸੁਣ ਮੈਂ ਬੋਰਿੰਗ ਨਹੀਂਗਾ ਮੈਂ ਥੱਲੇ ਕਮੈਂਟ ਨੂੰ ਥੋੜਾ ਜਿਹਾ ਪੜ ਰਿਹਾ ਐਡਾ ਬੋਰਿੰਗ ਨਹੀਂਗਾ ਮੈਂ ਮੈਂ ਐਡਾ ਬੋਰਿੰਗ ਬੰਦਾ ਨਹੀਂਗਾ ਸਮਝ ਆਈ ਇਹ ਸੈਕਸੀ ਇੰਨੀ ਹੌਟ ਹੈ ਤੇ ਤੂੰ ਕਮੈਂਟਾਂ ਵਿੱਚ ਕਮੈਂਟ ਪੜੀ ਜਾਂਦੇ ਆ ਯਾਰ ਮੈਂ ਤੇ ਅੱਗੇ ਆਪਣੇ ਹਸਬੰਡ ਤੋਂ ਇੰਨੀ ਤੰਗ ਆਈ ਆ ਉਹ 24 ਘੰਟੇ ਫੋਨ 'ਚ ਵੜਿਆ ਰਹਿੰਦਾ ਤੇ ਤੂੰ ਆਪਣੇ ਹਸਬੰਡ ਤੇਰੀ ਸ਼ਾਦੀ ਹੋਈ ਹੈ ਫਿਰ ਸ਼ਾਦੀ ਹੋਣੀ ਥੋੜੀ ਜ਼ਰੂਰੀ ਹੈ ਹਸਬੰਡ ਰੱਖਣ ਵਾਸਤੇ ਹਸਬੰਡ ਹੋਰ ਕੀ ਮਤਲਬ ਆਣੀ ਤੇਰਾ ਗੱਲ ਕਰਨ ਦਾ ਦੇਖ ਸਾਡੇ ਵਿੱਚ ਰਿਵਾਜ ਇਹ ਆ ਵੀ ਜੇ ਅਗਰ ਸ਼ਾਦੀ ਹੋ ਗਈ ਹੈ ਤੇ ਫਿਰ ਸ਼ਾਦੀ ਹੈ ਤੇ ਜੇ ਅਗਰ ਤੁਸੀਂ ਕਿਸੇ ਬੰਦੇ ਨਾਲ ਪਿਆਰ ਕਰਦੇ ਹੋ ਫਿਰ ਜੋ ਹੈ ਉਹ ਹੀ ਹੈ ਅੱਛਾ ਨਹੀਂ ਨਹੀਂ ਸਾਡੇ ਤੇ ਇੱਥੇ ਰਿਵਾਜ ਹੈਗਾ ਹਸਬੰਡ ਇੱਕ ਘਰ ਵਾਲਾ ਇੱਕ ਬਾਹਰ ਵਾਲਾ ਨਹੀਂ ਇਹ ਤਾਂ ਫਿਰ ਦੇਖ ਮੇਰੀ ਗੱਲ ਸੋਨੇ ਤੇ ਗੱਲ ਗਲਤ ਆ ਨਹੀਂ ਨਹੀਂ ਗਲਤ ਨਹੀਂ ਜੇ ਹਸਬੰਡ ਹਸਬੰਡ ਜੇ ਖੁਸ਼ ਆ ਹਸਬੰਡ ਨੂੰ ਕੋਈ ਇਤਰਾਜ਼ ਨਹੀਂ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜਿਵੇਂ ਇੱਕ ਘਰ ਵਾਲੀ ਇੱਕ ਬਾਹਰ ਵਾਲੀ ਜੇ ਵਾਈਫ ਨੂੰ ਕੋਈ ਇਤਰਾਜ਼ ਨਹੀਂ ਫਿਰ ਤਾਂ ਬਾਹਰ ਵਾਲੀ ਚ ਕੋਈ ਪ੍ਰੋਬਲਮ ਥੋੜੀ ਹੈ ਮਿਲ ਵੰਡ ਕੇ ਮਿਲ ਵੰਡ ਕੇ ਕਿੰਦ ਨੇ ਸ਼ੇਰਿੰਗ ਇਜ਼ ਸ਼ੇਰਿੰਗ ਸ਼ੇਅਰ ਕਰਨਾ ਸਿੱਖੋ ਇਦਾਂ ਦਾ ਸਿਸਟਮ ਤਾਂ ਅਸੀਂ ਨਹੀਂ ਦੇਖਿਆ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਈ ਜੀ ਨਾ 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 ਇਦਾਂ ਦਾ ਕੋਈ ਕੰਮ ਨਹੀਂ ਤੁਸੀਂ ਹਜੇ ਜ਼ਿੰਦਗੀ ਕਿੱਥੇ ਵੇਖੀ ਹੈ ਹਜੇ ਤੇਰੇ ਕੋਲ ਯੂ ਆਨਲੀ 25 ਸਾਲ ਦਾ 25 ਸਾਲ ਜ਼ਿੰਦਗੀ ਇਹ ਤਾਂ ਗਲਤ ਈ ਠੀਕ ਹੈ ਮੈਂ ਤੇ ਮੈਂ ਤਾਂ ਸਿਸਟਮ ਨਾ ਸੁਣਿਆ ਤੇ ਨਾ ਵੇਖਿਆ ਫਿਰ ਤੂੰ ਪਤਾ ਨਹੀਂ ਕਿਹੜੀ ਗਲਤ ਦੁਨੀਆ 'ਚ ਰਹਿ ਰਿਹਾ ਤੂੰ ਚੰਗੀ ਦੁਨੀਆ 'ਚ ਨਿਕਲ ਕੇ ਬਾਹਰ ਆ ਤੂੰ ਥੋੜਾ ਓਪਨ ਓਪਨ ਮਾਈਂਡਿਡ ਹੋ ਥੋੜਾ ਜਿ ਸੋਚ ਨੂੰ ਵਿਕਸਿਤ ਕਰ ਪਨਿਸ਼ਮੈਂਟ ਨਹੀਂ ਕਰਨੀ ਤੂੰ ਮੇਰੀ ਮੇਰੇ ਗੱਲ ਸੁਣ ਬੈਸਟ ਆਫ 3 ਚ ਪਨਿਸ਼ਮੈਂਟ ਹੁੰਦੀ ਹੈ 1 ਐਂਡ 10 ਚ ਥੋੜੀ ਪਨਿਸ਼ਮੈਂਟ ਹੁੰਦੀ ਹੈ ਦੇਖ ਅਜੀ ਸਾਦੇ ਆ ਸੀ ਏਡੇ ਵੀ ਸਾਦੇ ਨਹੀਂ ਗੇ ਠੀਕ ਹੈ ਨਹੀਂ ਮੈਨੂੰ ਸਾਦਾ ਹੀ ਪਸੰਦ ਨਹੀਂ ਪਰ ਤੂੰ ਸਾਦਾ ਨਹੀਂ ਹੈਗਾ ਤੂੰ 24 ਘੰਟੇ ਕਮੈਂਟ ਪੜਦਾ ਹੈ ਮੈਨੂੰ ਨਹੀਂ ਪਸੰਦ ਆਉਂਦਾ ਫਿਰ ਕੋਈ ਵੀ ਕਮੈਂਟ ਕਦੋਂ ਪੜ ਰਿਹਾ ਮੈਂ ਥੱਲੇ ਹੁਣ ਦੇਖਦਾ ਹੀ ਨਹੀਂ ਪਿਆ ਕਮੈਂਟਾਂ ਲੈ ਤੇਨ ਮੇਰੀ ਗੱਲ ਦਾ ਜਵਾਬ ਨਹੀਂ ਹੁੰਦਾ ਤਾਂ ਫਿਰ ਤੂੰ ਬਹਾਨਾ ਲਾ ਲੈਨੇ ਕਮੈਂਟ ਪੜਨ ਦਾ ਨਹੀਂ ਨਹੀਂ ਮੈਂ ਤੇਰੀ ਸਾਰੀ ਚਾਰਤਾ ਜਾਣਨੀ ਆ ਹਾਂ ਨਹੀਂ ਮੈਂ ਮੈਂ ਤੇਰੇ ਨਾਲ ਕੁਸ਼ਰਤ ਕੀਤੀ ਨਹੀਂ ਨਹੀਂ ਸ਼ਰਾਰਤ ਤੂੰ ਆਈ ਕੀਤੀ ਹੈ ਤੂੰ ਮੈਨੂੰ ਬੋਰ ਕਰ ਰਿਹਾ ਵਾ ਤੂੰ ਕਮੈਂਟ ਬੰਦਾ ਬਹਾਨਾ ਮਾਰੀ ਜਾ ਰਿਹਾ ਵਾ ਐਡੀ ਸੋਹਣੀ ਜਨਾਨੀ ਸਾਹਮਣੇ ਬੈਠੀ ਹੋਵੇ ਤੇ ਐਡੀ ਮਸਲੇ ਨੇ ਲੈਂਜਰ ਔਰਤ ਬੈਠੀ ਹੋਵੇ ਤੇ ਬੰਦਾ ਭਲਾ ਨੂੰ ਬੋਰ ਕਰ ਸਕਦਾ ਲਾਈਟ ਚ